ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਅੱਜ ਦਾ ਵਿਸ਼ਾ ਹੈ ਪੰਜਾਬ ਦੀਆਂ ਲੋਕ ਖੇਡਾਂ। ਸਭ ਤੋਂ ਪਹਿਲਾਂ ਪੰਜਾਬ ਦੀਆਂ ਲੋਕ ਖੇਡਾਂ ਲੇਖਕ ਦਾ ਨਾਮ ਹੈ ਸੁਖਦੇਵ ਮਾਧਪੁਰੀ, ਠੀਕ ਹੈ, ਜਿਨ੍ਹਾਂ ਦੀ ਪੰਜਾਬੀ ਸੱਭਿਆਚਾਰ ਦੇ ਵਿੱਚ, ਪੰਜਾਬੀ ਸਾਹਿਤ ਦੇ ਵਿੱਚ ਬਹੁਤ ਵੱਡੀ ਦੇਣ ਹੈ। ਠੀਕ ਹੈ, ਉਹਨਾਂ ਨੇ ਆਪਣੇ ਸਾਹਿਤ ਦੇ ਵਿੱਚ, ਪੰਜਾਬੀ ਸੱਭਿਆਚਾਰ ਵਿੱਚ ਲੋਕ ਖੇਡਾਂ ਦੇ ਉੱਤੇ ਜਿਹੜਾ ਆ ਬਹੁਤ ਜ਼ਿਆਦਾ ਕੰਮ ਕੀਤਾ ਹੈ। ਹੁਣ ਅਸੀਂ ਪੜ੍ਹਦੇ ਹਾਂ ਪੰਜਾਬ ਦੀਆਂ ਲੋਕ ਖੇਡਾਂ, ਲੇਖਕ ਦਾ ਨਾਮ ਹੈ ਸੁਖਦੇਵ ਮਾਧਪੁਰੀ। ਤੁਸੀਂ ਦੇਖ ਰਹੇ ਹੋ ਪੰਜਾਬ ਦੀਆਂ ਲੋਕ ਖੇਡਾਂ। ਬਚਪਨ ਦੇ ਵਿੱਚ ਜਦੋਂ ਬੱਚੇ ਦਾ ਜਨਮ ਹੁੰਦਾ, ਜਦੋਂ ਬੱਚਾ ਪੈਦਾ ਹੁੰਦਾ, ਬੱਚਾ ਬਚਪਨ ਤੋਂ ਹੀ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੰਦਾ, ਉਹਦੀਆਂ ਹੱਥਾਂ ਪੈਰਾਂ ਦੀਆਂ ਕਿਰਿਆਵਾਂ ਜਿਹੜੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਠੀਕ ਹੈ, ਉਸ ਤੋਂ ਬਾਅਦ ਜਦੋਂ ਅਸੀਂ ਥੋੜ੍ਹੇ ਵੱਡੇ ਹੁੰਦੇ ਹਾਂ, ਅਸੀਂ ਆਪਣੇ ਸੰਗੇ ਸਾਥੀ ਜਿਹੜੇ ਨਾਲ ਦੇ ਦੋਸਤ ਹੋ ਗਏ, ਉਹਨਾਂ ਨਾਲ ਖੇਡਣਾ ਸ਼ੁਰੂ ਕਰ ਦਿੰਦੇ ਹਾਂ। ਇਹ ਕਹਿੰਦੇ ਕਿ ਖੇਡਣਾ ਜਿਹੜਾ ਆ ਉਹ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹੈ। ਅਨਿੱਖੜਵਾਂ ਅੰਗ ਮਤਲਬ ਜਿਹਨੂੰ ਅਸੀਂ ਆਪਣੇ ਨਾਲੋਂ ਅਲੱਗ ਨਹੀਂ ਕਰ ਸਕਦੇ, ਠੀਕ ਹੈ, ਜਿਹਨੂੰ ਅਸੀਂ ਅਲੱਗ ਨਹੀਂ ਕਰ ਸਕਦੇ, ਉਹ ਸਾਡਾ ਲੋਕ ਖੇਡਾਂ ਨੇ। ਅਤੇ ਲੋਕ ਖੇਡਾਂ ਖੇਡਣੀਆਂ ਜਿਹੜੀਆਂ, ਜਿਹਦੇ ਨਾਲ ਕੀ ਹੁੰਦਾ, ਤੁਹਾਡਾ ਸਰੀਰਕ ਵਿਕਾਸ ਹੁੰਦਾ, ਤੁਹਾਡਾ ਮਾਨਸਿਕ ਵਿਕਾਸ ਹੁੰਦਾ, ਤੁਹਾਡਾ ਬੌਧਿਕ ਵਿਕਾਸ ਹੁੰਦਾ, ਠੀਕ ਹੈ। ਖੇਡਾਂ ਜੋ ਤੁਸੀਂ ਖੇਡਦੇ ਹੋ, ਤੁਹਾਡੇ ਅੰਦਰ ਸਰੀਰਕ ਬਲ ਪੈਦਾ ਹੁੰਦਾ, ਠੀਕ ਹੈ। ਉਸ ਤੋਂ ਬਾਅਦ ਜੋ ਤੁਸੀਂ ਆਪਣੇ ਇੱਕ ਦੋ ਜਾਣੇ ਦੇ ਨਾਲ ਖੇਡਦੇ ਹੋ, ਹੋਰ ਚਾਰ ਪੰਜ ਸਾਥੀਆਂ ਦੇ ਨਾਲ ਖੇਡਦੇ ਹੋ, ਅਤੇ ਲੋਕ ਖੇਡਾਂ ਖੇਡਣ ਦੇ ਨਾਲ ਜ਼ਰੂਰੀ ਨਹੀਂ ਹੈ ਕਿ ਅਸੀਂ ਹਰ ਖੇਡ ਦੇ ਵਿੱਚ ਇੱਕ ਚੰਗਾ ਜਿਹੜਾ ਆ ਉਹ ਸਥਾਨ ਹਾਸਲ ਕਰੀਏ, ਜਾਂ ਸਾਨੂੰ ਹਮੇਸ਼ਾ ਜਿਹੜੀ ਜਿੱਤ ਹੀ ਪ੍ਰਾਪਤ ਹੋਵੇ, ਕਿ ਲੋਕ ਖੇਡਾਂ ਸਾਨੂੰ ਹਮੇਸ਼ਾ ਜਿੱਤਣਾ ਨਹੀਂ ਸਿਖਾਉਂਦੀਆਂ, ਸਾਨੂੰ ਹਾਰਨ ਦੇ ਨਾਲ, ਕਿ ਜੇ ਅਸੀਂ ਕਦੀ ਹਾਰ ਵੀ ਜਾਂਦੇ ਹਾਂ ਤਾਂ ਉਹਨਾਂ ਨਾਲ ਲੜਨਾ ਵੀ ਸਿਖਾਉਂਦੀਆਂ ਨੇ, ਠੀਕ ਹੈ, ਕਿ ਹਾਰ ਤੋਂ ਬਾਅਦ ਜਿੱਤ ਹੁੰਦੀ ਹੈ, ਠੀਕ ਹੈ। ਹੁਣ ਬਹੁਤ ਸਾਰੀਆਂ ਸਾਡੀਆਂ ਪੰਜਾਬ ਦੀਆਂ ਲੋਕ ਖੇਡਾਂ ਨੇ ਕਿ ਸੁਖਦੇਵ ਮਾਧਪੁਰੀ ਨੇ ਇਸ ਲੇਖ ਦੇ ਵਿੱਚ ਸਾਡੀਆਂ ਜੋ ਖੇਡਾਂ ਤੁਸੀਂ ਖੇਡੀਆਂ ਨੇ ਉਹਨਾਂ ਨੂੰ ਹੀ ਨਹੀਂ ਸਗੋਂ ਪੇਸ਼ ਕੀਤਾ, ਸਗੋਂ ਕਿ ਜਿਹੜੀਆਂ ਸਾਡੀਆਂ ਪੁਰਾਣੀਆਂ ਜਿਹੜੀਆਂ ਅਲੋਪ ਹੋ ਚੁੱਕੀਆਂ ਲੋਕ ਖੇਡਾਂ ਨੇ ਉਹਨਾਂ ਬਾਰੇ ਵੀ ਦੱਸਿਆ, ਔਰ ਉਹ ਕਿਹੜੀਆਂ ਕਿਹੜੀਆਂ ਖੇਡਾਂ ਨੇ ਜਿਹੜੀਆਂ ਅਲੋਪ ਹੋ ਚੁੱਕੀਆਂ ਹੋਈਆਂ ਨੇ, ਜਾਂ ਜਿਨ੍ਹਾਂ ਦੇ ਨਾਮ ਬਦਲ ਚੁੱਕੇ ਹੋਏ ਨੇ, ਜਾਂ ਜਿਨ੍ਹਾਂ ਦੇ ਖੇਡਣ ਦੇ ਢੰਗ ਬਦਲ ਚੁੱਕੇ ਹੋਏ ਨੇ, ਉਹ ਅੱਜ ਆਪਾਂ ਇੱਥੇ ਪੜ੍ਹਾਂਗੇ। ਹੁਣ ਸਭ ਤੋਂ ਪਹਿਲਾਂ ਦੇਖਦੇ ਹੋ ਕਿ ਪੰਜਾਬ ਦੀਆਂ ਲੋਕ ਖੇਡਾਂ ਪਰਿਭਾਸ਼ਾ ਕਰਦੇ ਹਾਂ ਕਿ ਲੋਕ ਖੇਡਾਂ ਪੰਜਾਬੀ ਲੋਕ ਜੀਵਨ ਦਾ ਅਨਿੱਖੜਵਾਂ ਅੰਗ ਹਨ। ਇਹ ਪੇਂਡੂ ਲੋਕਾਂ ਦੇ ਮਨੋਰੰਜਨ ਦਾ ਸਾਧਨ ਰਹੀਆਂ ਹਨ, ਕਿ ਪਿੰਡਾਂ ਦੇ ਵਿੱਚ ਬੱਚੇ ਜਿਹੜੇ ਹੈ ਸ਼ਾਮ ਦੇ ਵੇਲੇ, ਠੀਕ ਹੈ, ਦੁਪਹਿਰ ਦੇ ਵੇਲੇ ਸਕੂਲਾਂ ਤੋਂ ਆ ਕੇ ਜਿਹੜਾ ਉਹ ਇਕੱਠੇ ਮਿਲ ਕੇ ਖੇਡਦੇ ਸੀ। ਲੋਕ ਖੇਡਾਂ ਦੀ ਖਾਸੀਅਤ ਇਹ ਹੈ ਕਿ ਕਿਸੇ ਕੜਵੇ ਨਿਯਮ ਅਧੀਨ ਨਹੀਂ ਖੇਡੀਆਂ ਜਾਂਦੀਆਂ, ਕਿ ਲੋਕ ਖੇਡਾਂ ਦਾ ਮੇਨ ਮਕਸਦ ਹੀ ਇਹੀ ਹੈ ਕਿ ਇਹ ਕਿਸੇ ਵਿੱਚ, ਇਹਦੇ ਵਿੱਚ ਕਿਸੇ ਵੀ ਰੂਲ ਦੀ ਲੋੜ ਨਹੀਂ ਪੈਂਦੀ। ਜਿੱਦਾਂ ਹੁਣ ਅੱਜ ਕੱਲ੍ਹ ਦੀਆਂ ਅਸੀਂ ਖੇਡਾਂ ਖੇਡਦੇ ਹਾਂ ਅਤੇ ਉਹਦੇ ਸਾਨੂੰ ਟਾਈਮ ਲਿਮਿਟ ਹੈਗੀ ਹੈ, ਸਾਨੂੰ ਦੱਸਿਆ ਜਾਂਦਾ ਕਿ ਇਹ ਰੂਲਸ ਵਿੱਚ ਹੈ, ਤੁਹਾਡੇ ਨਿਯਮ ਇਹ ਨੇ, ਤੁਸੀਂ ਇਹਦੇ ਅਕੋਰਡਿੰਗ ਹੀ ਖੇਡਣਾ, ਇੱਦਾਂ ਨਹੀਂ। ਪਰ ਕਹਿੰਦੇ ਕਿ ਜਿਹੜੀਆਂ ਲੋਕ ਖੇਡਾਂ ਸੀ ਉਹਦੇ ਲਈ ਕੋਈ ਨਿਯਮ ਨਹੀਂ ਸੀਗੇ, ਸਮਾਂ ਸਥਾਨ ਵੀ ਨਿਸ਼ਚਿਤ ਨਹੀਂ, ਗਰਮੀਆਂ ਨੂੰ ਦੁਪਹਿਰ ਦੇ ਸਮੇਂ, ਰਾਤ ਨੂੰ ਚਾਨਣੀਆਂ ਰਾਤਾਂ ਵਿੱਚ, ਖੁੱਲ੍ਹੇ ਵਿਹੜਿਆਂ, ਗਲੀਆਂ, ਟਾਹਲੀਆਂ 'ਤੇ ਇਹ ਖੇਡੀਆਂ ਜਾਂਦੀਆਂ ਹਨ। ਇਸ ਨਾਲ ਬੱਚਿਆਂ ਦੇ ਵਿੱਚ ਸਦਭਾਵਨਾ। ਲੋਕ ਖੇਡਾਂ ਖੇਡਾਂ ਦਾ ਮਕਸਦ ਕੀ ਹੈ ਕਿ ਬੱਚਿਆਂ ਦੇ ਵਿੱਚ ਸਦਭਾਵਨਾ, ਨੇਕ ਨੀਅਤੀ, ਇਨਸਾਫ ਅਤੇ ਮੁਕਾਬਲੇ ਵਰਗੇ ਨੈਤਿਕ ਗੁਣ ਪ੍ਰਵੇਸ਼ ਕਰਦੇ ਹਨ। ਹੁਣ ਸਾਡੀਆਂ ਲੋਕ ਖੇਡਾਂ ਕਿਹੜੀਆਂ? ਬੁੱਢੀ ਮਾਈ, ਭੰਡਾ ਭੰਡਾਰੀਆ, ਉਠਕ ਬੈਠਕ, ਊਚ ਨੀਚ, ਕੋਟਲਾ ਛਪਾਕੀ, ਬਾਂਦਰ ਗਿੱਲਾ, ਅੰਨਾ ਝੋਟਾ, ਗੁੱਲੀ ਡੰਡਾ, ਅੱਡੀ ਛੜੱਪਾ। ਹੁਣ ਬਹੁਤ ਸਾਰੀਆਂ ਇਹੋ ਜਿਹੀਆਂ ਖੇਡਾਂ ਨੇ ਜਿਹੜੀਆਂ ਤੁਸੀਂ ਪੜ੍ਹੀਆਂ ਨੇ, ਕਿ ਜਿਹੜੀਆਂ ਤੁਸੀਂ ਖੇਡੀਆਂ ਵੀ ਹੋਣਗੀਆਂ, ਕਈਆਂ ਤੁਸੀਂ ਨਾਮ ਨਹੀਂ ਸੁਣੇ, ਕਈ ਤੁਸੀਂ ਖੇਡੀਆਂ ਹੋਈਆਂ। ਹੁਣ ਉਸ ਤੋਂ ਅਸੀਂ ਕਰਨ ਜਾ ਰਹੇ ਹਾਂ ਕਿ ਟੋਲੀਆਂ। ਹੁਣ ਕੁਝ ਇਹੋ ਜਿਹੀਆਂ ਖੇਡਾਂ ਨੇ ਜਿਨ੍ਹਾਂ ਨੂੰ ਗਰੁੱਪ ਦੇ ਵਿੱਚ ਟੋਲੀਆਂ ਦੇ ਵਿੱਚ ਖੇਡਿਆ ਜਾਂਦਾ, ਠੀਕ ਹੈ। ਟੋਲੀਆਂ ਬਣਾ ਕੇ ਖੇਡਣ ਵਾਲੀ ਖੇਡ ਹੈਗੀ ਹੈ ਰੱਸਾ ਕਸ਼ੀ, ਕਿ ਰੱਸੇ ਨੂੰ ਖਿੱਚਣਾ। ਹੁਣ ਇਹਦੇ ਵਿੱਚ ਕੀ ਹੈ ਕਿ ਬਹੁਤ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਨੇ, ਤੁਸੀਂ ਦੇਖਿਆ ਹੋਏਗਾ ਕਿ ਜਿਹੜੀਆਂ ਪੁਰਾਣੀਆਂ ਜਿਹੜੀਆਂ ਖੁਰਾਕਾਂ ਜਿਹੜੀਆਂ ਖਾਧੀਆਂ ਹੋਈਆਂ ਨੇ ਸਾਡੇ ਜਿਹੜੇ ਅੱਜ ਦੇ ਬਜ਼ੁਰਗ ਜਿਹੜੇ ਉਹ ਹਜੇ ਵੀ ਕਹਿੰਦੇ ਨੇ, ਅਤੇ ਉਹਨਾਂ ਦਾ ਮੇਨ ਜਿਹੜਾ ਅਖਾੜਿਆਂ ਦੇ ਵਿੱਚ ਕਿਸੇ ਮੇਲਿਆਂ ਦੇ ਵਿੱਚ ਕੀ ਹੁੰਦਾ ਸੀ, ਰੱਸਾ ਖਿੱਚਣਾ, ਕੋਈ ਬੋਰੀਆਂ ਚੱਕਣੀਆਂ, ਠੀਕ ਹੈ, ਕੋਈ ਚੀਜ਼ ਰੱਸੇ ਦੇ ਨਾਲ ਜਾਂ ਦੰਦ ਰੱਸਾ ਜਿਹੜਾ ਸੀ ਮੂੰਹ ਵਿੱਚ ਪਾ ਕੇ ਤਾਂ ਕਿਸੇ ਚੀਜ਼ ਨੂੰ ਖਿੱਚਣਾ, ਉਹ ਟੋਲੀਆਂ ਵਿੱਚ ਬਣਾ ਕੇ ਖੇਡੀਆਂ ਜਾਂਦੀਆਂ ਖੇਡਾਂ ਸੀਗੀਆਂ। ਹੁਣ ਉਸ ਤੋਂ ਬਾਅਦ ਅਗਲੀ ਖੇਡ ਹੈਗੀ ਹੈ ਸਾਡੀ ਕਬੱਡੀ। ਕਬੱਡੀ ਜਿਹੜੀ ਖੇਡ ਹੈ, ਤੁਸੀਂ ਦੇਖਿਆ ਹੋਏਗਾ ਕਿ ਜਿਹੜੀ ਸਭ ਤੋਂ ਪਹਿਲੀ ਜਿਹੜੀ ਮੇਨ ਜਿਹੜੀ ਮੰਨੀ ਪਰਮੰਨੀ ਜਿਹੜੀ ਨੌਜਵਾਨਾਂ ਦੀ ਜਿਹੜੀ ਖੇਡੀ ਜਾਣ ਵਾਲੀ ਮਨਪਸੰਦ ਜਿਹੜੀ ਖੇਡ ਸੀ ਉਹ ਸੀ ਕਬੱਡੀ। ਕੀ ਹੁੰਦਾ ਸੀਗਾ ਕਿ ਪਿੰਡ ਦੇ ਜਿਹੜੇ ਨੌਜਵਾਨ ਜਿਹੜੇ ਹੁੰਦੇ ਸੀਗੇ, ਉਹਨਾਂ ਨੇ ਕੀ ਕਰਨਾ, ਆਪਣਾ ਇੱਕ ਗਰੁੱਪ ਬਣਾ ਕੇ ਪਿੰਡਾਂ ਦੇ ਵਿੱਚ ਜਿਹੜੀ ਕਬੱਡੀ ਖੇਡੀ ਜਾਂਦੀ ਸੀ, ਆਪਣੇ ਪਿੰਡਾਂ ਵਿੱਚ ਮਿਲ ਲੱਗ ਜਾਂਦੇ ਹੁੰਦੇ ਸੀ,
ਕਿਉਂਕਿ ਕੱਲ ਨੂੰ ਜਦੋਂ ਵੀ ਉਹ ਕਿਸੇ ਅਖਾੜੇ ਵਿੱਚ ਜਾਵੇ, ਕਿਸੇ ਸ਼ੇਤਰ ਵਿੱਚ ਜਾਵੇ, ਕਿਸੇ ਮੇਲੇ ਵਿੱਚ ਜਿੱਤ ਕੇ ਆਉਂਦਾ ਸੀ ਤਾਂ ਉਹਨਾਂ ਦੇ ਪੂਰੇ ਪਿੰਡ ਜਿਹੜੀ ਸੀਗੀ ਉਹ ਨਾਮ ਹੁੰਦਾ ਸੀਗਾ। ਤੇ ਕੀ ਕਰਦੇ ਸੀ ਪਿੰਡ ਦੇ ਲੋਕ, ਜਿਹੜੇ ਵੀ ਮਹਿਮਾਨ ਹੁੰਦੇ ਸੀ ਉਹਨਾਂ ਦੇ ਖਾਣ ਵਾਸਤੇ ਘੀ ਹੋ ਗਿਆ, ਲੱਸੀ ਹੋ ਗਿਆ, ਦੁੱਧ ਹੋ ਗਿਆ, ਮੱਖਣ ਹੋ ਗਿਆ, ਉਹਦਾ ਪੂਰਾ ਇੰਤਜ਼ਾਮ ਕੀਤਾ ਜਾਂਦਾ ਹੁੰਦਾ ਸੀਗਾ ਤਾਂ ਕਿ ਉਹ ਲੋਕ ਚੰਗੀ ਖੁਰਾਕ ਖਾਣ ਤੇ ਕਬੱਡੀ ਦੇ ਵਿੱਚ ਆਪਣਾ ਨਾਮ ਜਿਹੜਾ ਉਹ ਹਾਸਲ ਕਰਨ। ਠੀਕ ਹੈ। ਔਰ ਉਸ ਤੋਂ ਬਾਅਦ ਜਿਹੜੇ ਖਿਡਾਰੀ ਹੁੰਦੇ ਸੀ ਉਹਨਾਂ ਦਾ ਨਸ਼ਿਆਂ ਤੋਂ ਬਹੁਤ ਦੂਰ ਹੁੰਦੇ ਸੀ ਕਿਉਂਕਿ ਨਸ਼ਿਆਂ ਦੇ ਨਾਲ ਉਹਨਾਂ ਨੂੰ ਖੁਰਾਕ ਨਹੀਂ ਮਿਲ ਸਕਦੀ ਜਿਹੜੀ ਉਹਨਾਂ ਨੂੰ ਦੇਸੀ ਘਿਓ ਜਾਂ ਦੁੱਧ ਦੇ ਨਾਲ ਜਿਹੜੀ ਮਿਲਦੀ ਹੁੰਦੀ ਸੀਗੀ। ਹੁਣ ਬਹੁਤ ਸਾਰੇ ਇਹੋ ਜਿਹੇ ਜਿਹੜੇ ਹੈ ਪਹਿਲਵਾਨ ਨੇ ਜਿਵੇਂ ਤਾਰਾ ਸਿੰਘ ਹੈ, ਕੇਸਰ ਸਿੰਘ ਹੈ, ਮੇਹਰਦੀਨ ਸਿੰਘ ਹੈ, ਇਹ ਜਿਹੜੇ ਸਾਡੇ ਬਹੁਤ ਵੱਡੇ ਮੰਨੇ ਪਰਮੰਨੇ ਜਿਹੜੇ ਆ ਉਹ ਸਾਡੇ ਜਿਹੜੇ ਖਿਡਾਰੀ ਹੋਏ ਹੋਏ ਨੇ। ਔਰ ਉਸ ਤੋਂ ਬਾਅਦ ਕਬੱਡੀ ਜਿਹੜੀ ਹੈ ਇਹਦੇ ਵਿੱਚ ਬਹੁਤ ਸਾਰੀਆਂ ਕਿਸਮਾਂ ਆਉਂਦੀਆਂ ਨੇ। ਠੀਕ ਹੈ। ਸੌਂਚੀ ਮੱਕੀ ਜਿਹੜੀ ਸਭ ਤੋਂ ਜਿਹੜੀ ਮੰਨੀ ਪਰਮੰਨੀ ਜਿਹੜੀ ਹੈ ਕਬੱਡੀ ਦੀ ਕਿਸਮ ਮੰਨੀ ਜਾਂਦੀ ਹੈ। ਤਿੰਨ ਤਰ੍ਹਾਂ ਦੀ ਜਿਹੜੀ ਕਬੱਡੀ ਦੀਆਂ ਕਿਸਮਾਂ ਹੁੰਦੀਆਂ ਹਨ। ਉਸ ਤੋਂ ਬਾਅਦ ਅਗਲੀ ਖੇਡ ਸਾਡੀ ਆ ਰਹੀ ਹੈ ਖਿੱਦੋ ਖੁੰਡੀ। ਤੁਸੀਂ ਬਹੁਤ ਘੱਟ ਨਾਮ ਸ਼ਾਇਦ ਸੁਣਿਆ ਹੋਏਗਾ ਖਿੱਦੋ ਖੁੰਡੀ ਦਾ। ਖਿੱਦੋ ਜਿਹੜੀ ਹੈ, ਖਿੱਦੋ ਦਾ ਮਤਲਬ ਕੀ ਹੈ ਕਿ ਪੁਰਾਣੇ ਸਮੇਂ ਵਿੱਚ ਕੀ ਹੁੰਦਾ ਸੀ, ਘਰਾਂ ਵਿੱਚ ਜਿਹੜੇ ਕੱਪੜੇ ਹੁੰਦੇ ਸੀ ਪੁਰਾਣੇ, ਠੀਕ ਹੈ, ਉਹਨਾਂ ਨੂੰ ਕੀ ਕੀਤਾ ਸੀ, ਉਹਨੂੰ ਕੱਟ ਕੇ ਲੀਨਾਂ ਬਣਾ ਦਿੱਤੀਆਂ ਜਾਂਦੀਆਂ ਸੀ। ਲੀਨਾਂ ਕੱਟ ਕੇ ਉਹਦੀ ਇੱਕ ਬੋਲ ਬਣਾਈ ਜਾਂਦੀ ਸੀ, ਉਹਦਾ ਮਤਲਬ ਹੈਗਾ ਖਿੱਦੋ। ਠੀਕ ਹੈ। ਖੁੰਡੀ ਕਿਸੇ ਵੀ ਟਾਣੇ ਦੀ, ਕਿਸੇ ਵੀ ਦਿੱਕਤ ਦੀ ਜਿਹੜੀ ਸੀ ਲੱਕੜੀ ਜਿਹੜੀ ਹੁੰਦੀ ਸੀਗੀ ਉਹ ਬਣਾ ਲਈ ਜਾਂਦੀ ਸੀ। ਹੁਣ ਇੱਥੇ ਗੱਲ ਧਿਆਨ ਦੇਣ ਵਾਲੀ ਇਹ ਹੈ ਕਿ ਪਹਿਲਾਂ ਇਹਨੂੰ ਨਾਮ ਦਿੱਤਾ ਜਾਂਦਾ ਸੀ ਖਿੱਦੋ ਖੁੰਡੀ, ਪਰ ਅੱਜ ਜਿਹੜੀ ਹੈ ਇਹ ਖੇਡ ਕਿਹਦੇ ਵਿੱਚ ਸਮਾਈ ਹੋਈ ਹੈ, ਹਾਕੀ ਦੇ ਵਿੱਚ। ਠੀਕ ਹੈ। ਅੱਜ ਇਹਨੂੰ ਹਾਕੀ ਕਿਹਾ ਜਾਣ ਲੱਗ ਗਿਆ, ਪਹਿਲਾਂ ਇਹ ਕਿਹਾ ਜਾਂਦਾ ਸੀ ਖਿੱਦੋ ਖੁੰਡੀ। ਉਸ ਸਮੇਂ ਖਿੱਦੋ ਜਿਹੜੀ ਸੀ ਲੀਨਾਂ ਦੀ ਬਣਾਈ ਜਾਂਦੀ, ਛੋਟੀ ਜਿਹੀ ਬੋਲ ਹੁੰਦੀ ਸੀਗੀ ਅਤੇ ਟਾਲੀਆਂ ਦੇ ਨਾਲ ਬਣਾਈ ਗਈ ਖੁੰਡੀ ਜਿਹੜੀ ਹੁੰਦੀ ਸੀ, ਉਹਨਾਂ ਬੱਚੇ ਖੇਡਦੇ ਹੁੰਦੇ ਸੀ। ਇੱਥੇ ਇੱਕ ਗੱਲ ਹੋਰ ਹੈ ਕਿ ਇੱਕ ਹੈ ਖੇਡ ਖਿੱਦੋ ਖੁੰਡੀ ਔਰ ਇੱਕ ਹੈ ਖੇਡ ਲੂਣ ਤੇਲ ਲੱਲੇ। ਠੀਕ ਹੈ। ਜਿਹੜੀ ਲੂਣ ਤੇਲ ਲੱਲੇ ਖੇਡ ਆ ਉਹ ਹੁਣ ਜਿਹੜੀ ਹੈ ਖੇਡ ਬਣ ਚੁੱਕੀ ਹੋਈ ਹੈ ਕ੍ਰਿਕਟ। ਜੇ ਤੁਸੀਂ ਖੇਡਦੇ ਹੋ ਨਾ ਕ੍ਰਿਕਟ, ਦੇਖਦੇ ਹੋ ਜਾਂ ਖੇਡਦੇ ਵੀ ਹੋ, ਉਹਨੂੰ ਪਹਿਲਾਂ ਕੀ ਕਿਹਾ ਜਾਂਦਾ ਸੀ, ਲੂਣ ਤੇਲ ਲੱਲੇ। ਇਹ ਦੋਨੋਂ ਕੁਸ਼ਚਨ ਜਿਹੜੇ ਬਹੁਤ ਇੰਪੋਰਟੈਂਟ ਹੈਗੇ ਆ, ਖਿੱਦੋ ਖੁੰਡੀ ਅਤੇ ਲੂਣ ਤੇਲ ਲੱਲੇ। ਉਸ ਤੋਂ ਬਾਅਦ ਅਗਲੀ ਖੇਡ ਹੈਗੀ ਹੈ ਅੱਡੀ ਸ਼ੜੱਪਾ ਜਾਂ ਅੱਡੀ ਟੱਪਾ। ਕੁੜੀਆਂ ਦੀ ਬਹੁਤ ਹੀ ਹਰਮਨ ਪਿਆਰੀ ਖੇਡ ਹੈਗੀ ਹੈ। ਇਸ ਖੇਡ ਨੂੰ ਜਿਹੜਾ ਆ ਕੁੜੀਆਂ ਜਿਹੜੀਆਂ ਆਪਣੇ ਕਿਸੇ ਵੀ ਸਮੇਂ ਦੇ ਵਿੱਚ, ਤੁਸੀਂ ਹੁਣ ਵੀ ਖੇਡਦੇ ਹੋ, ਜਿਹੜੀਆਂ ਖੇਡਾਂ ਸਟੈਪ ਹੁੰਦੇ ਨੇ ਤੁਸੀਂ ਸਟੈਪ ਨੂੰ ਕਹਿ ਦਿੰਦੇ ਹੋ, ਅੱਜ ਸਮੇਂ ਵਿੱਚ ਪਹਿਲਾਂ ਇਹਨੂੰ ਕਿਹਾ ਜਾਂਦਾ ਸੀ ਅੱਡੀ ਸ਼ੜੱਪਾ ਜਾਂ ਅੱਡੀ ਟੱਪਾ ਕਿਹਾ ਜਾਂਦਾ ਸੀਗਾ। ਇਹਦੇ ਵਿੱਚ ਕੁੜੀਆਂ ਟੋਲੀਆਂ ਬਣਾ ਕੇ, ਦੋ ਟੋਲੀਆਂ ਬਣ ਜਾਂਦੀਆਂ ਹੁੰਦੀਆਂ ਸੀਗੀਆਂ, ਦੋ ਗਰੁੱਪ ਬਣ ਜਾਂਦੇ ਹੁੰਦੇ ਸੀਗੇ ਕੁੜੀਆਂ। ਦੋ ਟੋਲੀਆਂ ਦੇ ਵਿੱਚ ਇਸ ਖੇਡ ਨੂੰ ਜਿਹੜਾ ਸੀ ਉਹ ਖੇਡਦੀਆਂ ਹੁੰਦੀਆਂ ਸੀ। ਕੋਈ ਵੀ ਤਿੰਨ ਕੌੜਾ ਜਾਂ ਫਿਰ ਦੋ ਕੌੜੇ ਜਿਹੜੇ ਸੀਗੇ ਖਾਂਦੇ ਬਣਾ ਕੇ ਇਹ ਖੇਡ ਜਿਹੜੀਆਂ ਖੇਡਦੀਆਂ ਹੁੰਦੀਆਂ ਸੀਗੀਆਂ। ਅਗਲੀ ਖੇਡ ਹੈ ਸ਼ੱਕਰ ਮੀਠੀ ਖੇਡ। ਬਹੁਤ ਪੁਰਾਣੀ ਖੇਡ ਆ, ਅੱਜ ਕੱਲ੍ਹ ਬੱਚਿਆਂ ਨੂੰ ਇਹਦੇ ਬਾਰੇ ਹਜੇ ਇੰਨਾ ਨਹੀਂ ਪਤਾ। ਇਹ ਖੇਡ ਜਿਹੜੀ ਹੈ ਸ਼ੱਕਰ ਮੀਠੀ ਖੇਡ ਹੈ। ਇੰਪੋਰਟੈਂਟ ਕੁਸ਼ਚਨ ਆ ਸਕਦਾ ਤੁਹਾਨੂੰ ਸਿਲੇਬਸ ਦੇ ਵਿੱਚ। ਸ਼ੱਕਰ ਮੀਠੀ ਖੇਡ ਕੀ ਹੈ, ਇਹ ਕੁੜੀਆਂ ਅਤੇ ਮੁੰਡਿਆਂ ਦੀ ਹਰਮਨ ਪਿਆਰੀ ਖੇਡ ਹੈਗੀ ਹੈ। ਕੁੜੀਆਂ ਦੇ ਮੁੰਡਿਆਂ ਦੀ ਹਰਮਨ ਪਿਆਰੀ ਖੇਡ ਹੈ। ਇਹਨੂੰ ਖੇਡਿਆ ਕਿੱਦਾਂ ਜਾਂਦਾ ਤੁਸੀਂ ਦੇਖ ਸਕਦੇ ਸਕਰੀਨ 'ਤੇ ਕਿ ਇੱਥੇ ਇੱਕ ਦਰਖਤ ਹੈ, ਦੋ ਟੋਲੀਆਂ ਬਣੀਆਂ ਹੋਈਆਂ ਨੇ, ਮਤਲਬ ਦੋ ਗਰੁੱਪ ਹੈ ਜਿਹਦੇ ਸਿਰ ਵਾਰੀ ਆ ਜਾਂਦੀ ਹੈ। ਹੁਣ ਅਸੀਂ ਜਦੋਂ ਕੋਈ ਖੇਡ ਖੇਡਦੇ ਹਾਂ ਸਭ ਤੋਂ ਪਹਿਲਾਂ ਅਸੀਂ ਕੀ ਕਰਦੇ ਹਾਂ, ਵਾਰੀ ਲੈਂਦੇ ਹਾਂ ਕਿ ਕਿਹਦੇ ਦੀ ਵਾਰੀ ਆਊਗੀ, ਕਿਹਦੀ ਪੀਟੀ ਆਊਗੀ। ਠੀਕ ਹੈ। ਸਭ ਤੋਂ ਪਹਿਲਾਂ ਹੁਣ ਇਸ ਟੀਮ ਦੀ ਵਾਰੀ ਆਈ ਹੋ ਚੁੱਕੀ ਹੈ। ਤੁਸੀਂ ਦੇਖ ਸਕਦੇ ਹੋ ਕਿ ਖੇਡ ਦੇ ਪਹਿਲਾਂ ਜਿਹੜਾ ਮੈਂਬਰ ਹੈ ਉਹਨੇ ਕਿਸੇ ਦਰਖਤ ਦਾ ਸਹਾਰਾ ਲਿਆ ਹੋਇਆ। ਠੀਕ ਹੈ। ਉਸ ਗਰੁੱਪ ਦੇ ਬਾਕੀ ਜਿਹੜੇ ਮੈਂਬਰ ਨੇ ਉਹ ਉਸ ਵਾਰੀਆਂ ਦੇ ਲੱਕ ਦੇ ਦੁਆਲੇ ਜਿਹੜਾ ਆਪਣਾ ਹੱਥ ਰੱਖ ਕੇ ਉਹ ਮੁੱਦੇ ਹੋਏ ਖੜੇ ਹੋਏ ਨੇ। ਠੀਕ ਹੈ। ਉਸ ਤੋਂ ਬਾਅਦ ਜਿਹੜੀ ਦੂਸਰੀ ਟੋਲੀ ਹੈ ਉਹਦਾ ਪਹਿਲਾ ਮੈਂਬਰ ਦੂਰੋਂ ਦੌੜਦਾ ਆਉਂਦਾ ਹੈ। ਦੂਰੋਂ ਦੌੜਦਾ ਆ ਕੇ ਉਹ ਸਭ ਤੋਂ ਪਹਿਲੇ ਮੈਂਬਰ ਦੀ ਪਿੱਠ ਦੇ ਉੱਤੇ ਬੈਠ ਜਾਂਦਾ ਹੈ। ਇੱਦਾਂ ਹੀ ਬਾਕੀ ਜਿਹੜੇ ਹੈ ਬੈਠ ਜਾਂਦੇ ਨੇ ਉਹਦੀ ਪਿੱਠ ਦੇ ਉੱਤੇ। ਹੁਣ ਜਿਹੜੀ ਦੂਜੀ ਟੋਲੀ ਹੈ ਇਹਨਾਂ ਦਾ ਮਕਸਦ ਇਹ ਹੈ, ਇਹ ਖਿਲਦੇ ਹੈ। ਠੀਕ ਹੈ। ਖਿਲਦੇ ਨੇ। ਇਹਦਾ ਮਕਸਦ ਇਹ ਹੈ ਕਿ ਉੱਪਰਲੀ ਟੋਲੀ ਦੇ ਜਿਹੜੇ ਮੈਂਬਰ ਹੈ ਉਹ ਥੱਲੇ ਡਿੱਗ ਜਾਣ ਜਾਂ ਉਹਨਾਂ ਦਾ ਹੱਥ ਜਾਂ ਪੈਰ ਥੱਲੇ ਲੱਗ
ਕਿਲੇ ਉਸ ਕਿਲੇ ਦੇ ਕੋਲ ਖੜੀਆਂ ਕਰ ਦਿੰਦਾ ਹੈ। ਹੁਣ ਮਕਸਦ ਇਹ ਹੈ ਕਿ ਬੱਚਿਆਂ ਦਾ ਕਿ ਜਿਹੜਾ ਇੱਥੋਂ ਆਪਣੇ ਨਾਲ ਚੱਪਲਾਂ ਨੂੰ ਚੁੱਕਣਾ, ਠੀਕ ਹੈ, ਤਿੰਨੇ ਚੱਪਲਾਂ ਜਿਹੜੀਆਂ ਸੀਗੀਆਂ ਥਰਾਰੀਆਂ ਹੋਈਆਂ ਸੀ ਜਗ੍ਹਾ ਦੇ ਉੱਤੇ, ਚੱਪਲਾਂ ਤੋਂ ਆਪਣੀਆਂ ਵਾਪਸ ਜਿਹੜੀਆਂ ਉਸ ਜਗ੍ਹਾ ਤੋਂ ਚੱਪਲਾਂ ਵਾਪਸ ਲੈਣੀਆਂ। ਤਾਂ ਇਹ ਕਿਤਾ ਜਾਂਦਾ ਹੁੰਦਾ ਸੀਗਾ ਕਿ ਜਿਹੜੇ ਸਿਰਵਾਲੀ ਹੁੰਦੀ ਸੀ ਉਹਨੂੰ ਉਸ ਕਿਲੇ ਤੋਂ ਜਿਹੜਾ ਸੀ ਦੂਰ ਕਿਤੇ ਜਿਹੜਾ ਖੜਾ ਕਰ ਦਿੱਤਾ ਜਾਂਦਾ ਸੀਗਾ, ਠੀਕ ਹੈ, ਦੂਰ ਖੜਾ ਕਰ ਦਿੱਤਾ ਜਾਂਦਾ। ਅਗਲੀ ਖੇਡ ਵਿੱਚ